बड़ी खुशी वाली गल है कि साड़ी कनेडा गौरमेंट ने 90,000 लोगों नूं पक्के करन दा एक बड़ा वड्डा फैसला लिया। बॉन्डड वर्क परमिट ते ओपन वर्क परमिट वालियां दे सिर्फ इन्हां नूं पहल दे आधार उत्ते फैसला लेना चाहिए, इस तरह जिन्ना एक 90,000 ते कीता है। सो साड़ी कनेडा गौरमेंट दे अगे यही बेनती है, रिक्वेस्ट है हाथ जोड़ के कि सारियां दे बैंड माफ़ कर दिते जाण ते सारियां नूं PR दिती जावे। ਜਦੋਂ ਅਸੀਂ ਸਟੱਡੀ ਤੋਂ ਆਊਟ ਆਫ ਟੱਚ ਹੋ ਚੁੱਕੇ ਹਾਂ, ਅਸੀਂ ਆਈਲੈਟਸ ਨਹੀਂ ਕਰ ਸਕਦੇ। ਅਸੀਂ ਗਵਰਨਮੈਂਟ ਨੂੰ ਇੱਕ ਰਿਕੁਐਸਟ ਕਰ ਰਹੇ ਹਾਂ ਕਿ ਜੇ ਤੁਸੀਂ ਇਹ 90 ਵਾਲਾ ਔਨ ਕੀਤਾ ਹੋਇਆ ਸਿਸਟਮ ਹੈ ਨਾ, ਸੋ ਐਟਲੀਸਟ ਤੁਸੀਂ ਇਹਨੂੰ ਓਪਨ ਰੱਖੋ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ। ਅਤੇ ਹਮੇਸ਼ਾ ਮੈਂ, ਤੁਸੀਂ ਜਾਣਦੇ ਹੋ ਕਿ ਕਮਿਊਨਿਟੀ ਦਾ ਕੋਈ ਵੀ ਕੰਮ ਹੋਵੇ, ਮੇਰੀ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਉੱਥੇ ਲੈ ਕੇ ਚੱਲਾਂ ਅਤੇ ਦੱਸ ਸਕਾਂ ਕਿ ਜਿਹੜੇ ਸਾਡੀ ਆਪਣੀ ਕਮਿਊਨਿਟੀ ਇਹਨਾਂ ਮੁਲਕਾਂ 'ਚ ਰਹਿੰਦੀ ਆ, ਕਿਹੜੀਆਂ ਕਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਅਤੇ ਕੀ ਉਹ ਚਾਹੁੰਦੇ ਨੇ ਸਰਕਾਰ ਕੋਲੋਂ। ਹਮੇਸ਼ਾ ਹੀ ਕੋਸ਼ਿਸ਼ ਕੀਤੀ ਆ ਸਾਂਝੇ ਦੇ ਪਲੇਟਫਾਰਮ ਰਾਹੀਂ ਅਸੀਂ ਇਹਨਾਂ ਦੀ ਆਵਾਜ਼ ਜਿਹੜੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੀ। ਸੋ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਇੱਥੇ ਸਰੀ ਦੇ ਵਿੱਚ, ਜਿੱਥੇ ਇੱਕ ਹੋਪ ਵੈਲਫੇਅਰ ਸੁਸਾਇਟੀ ਦੇ ਮੈਂਬਰ ਇੱਥੇ ਪਹੁੰਚੇ ਹੋਏ ਆ, ਜਸਵਿੰਦਰ ਸਿੰਘ ਖਾਲਸਾ ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਟੀਮ ਆ। ਅਤੇ ਤੁਸੀਂ ਜਾਣਦੇ ਹੋ ਪਿੱਛੇ ਜਿਹਾ ਇੱਕ ਐਲਾਨ ਕੀਤਾ ਸੀ ਸਰਕਾਰ ਨੇ ਕਿ 90,000 ਲੋਕਾਂ ਨੂੰ ਇੱਥੇ ਪੱਕਿਆਂ ਕੀਤਾ ਜਾਣਾ। ਸੋ ਉਹਦੇ ਰਿਗਾਰਡਿੰਗ ਹੀ ਇਹਨਾਂ ਦੇ ਕੁਛ ਇੱਕ ਹੋਰ ਮੰਗਾਂ ਨੇ ਜਿਹੜੀਆਂ, ਕਿਉਂਕਿ ਜਿਹੜੇ ਲੋਕ ਬਹੁਤ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਨੇ, ਇੰਗਲਿਸ਼ ਜਿਹੜੀ ਉਹਨਾਂ ਦੀ ਆ, ਉਹਨਾਂ ਨੂੰ ਉਹ ਆਈਲੈਟਸ ਕਰਨ ਦੇ ਵਿੱਚ ਉਹਨਾਂ ਨੂੰ ਕਾਫੀ ਪ੍ਰੋਬਲਮਸ ਆ ਰਹੀਆਂ ਨੇ। ਸੋ ਉਹ ਇੱਕ ਹੋਰ ਸਰਕਾਰ ਕੋਲੋਂ ਮੰਗ ਕਰ ਰਹੇ ਨੇ ਕਿ ਇਹ ਜਿਹੜੀ ਇੱਕ ਉਹਨਾਂ ਦੇ ਲਈ ਬਹੁਤ ਚੈਲੰਜ ਆ, ਇਹਨੂੰ ਕਿਸੇ ਤਰ੍ਹਾਂ ਰਿਮੂਵ ਕੀਤਾ ਜਾ ਸਕੇ। ਇਹਦੇ ਬਾਰੇ ਗੱਲ ਹੋਈ ਵੀ ਆ, ਪਰ ਬਾਕੀ ਦੀ ਜਾਣਕਾਰੀ ਅਸੀਂ ਇਹਨਾਂ ਕੋਲੋਂ ਲੈਂਦੇ ਹਾਂ। ਮੇਰਾ ਨਾਮ ਜਸਵਿੰਦਰ ਸਿੰਘ, ਹੋਪ ਵੈਲਫੇਅਰ ਸੁਸਾਇਟੀ ਦਾ ਪ੍ਰੈਜ਼ੀਡੈਂਟ। ਪਹਿਲਾਂ ਤਾਂ ਮੈਂ ਸਾਰੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਡੀ ਹੋਪ ਵੈਲਫੇਅਰ ਸੁਸਾਇਟੀ ਦੀ ਆਵਾਜ਼ ਪਹੁੰਚਾਈ ਆ ਗੌਰਮੈਂਟ ਤੱਕ। ਸੋ ਅੱਜ ਜਿਹੜਾ ਅਸੀਂ ਬਹੁਤ ਬਹੁਤ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਗੌਰਮੈਂਟ ਦਾ, ਜਿਨ੍ਹਾਂ ਨੇ 90,000 ਪਟੀਸ਼ਨਾਂ ਦੇ ਉੱਤੇ ਜਿਹੜੀ ਗੱਲਬਾਤ ਚੱਲੀ ਸੀ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਰਿਜ਼ਲਟ ਦਿੱਤਾ। ਸੋ ਜਿਹੜੀ ਪਹਿਲਾਂ 27,000 ਇਹਨਾਂ ਨੇ ਜਿਹੜਾ ਐਪਲੀਕੇਸ਼ਨਾਂ ਜਿਹੜੀਆਂ ਲਈਆਂ ਸੀਗੀਆਂ ਸਿਟੀਜ਼ਨ ਜਿਹੜੀਆਂ ਉਹਨਾਂ ਨੇ, ਉਹਦੇ ਵਿੱਚ ਕੀ ਸੀਗਾ ਕਿ ਜਿਹੜਾ 27,000 ਐਕਸਪ੍ਰੈਸ ਐਂਟਰੀ ਵਾਲੇ ਲਏ, ਐਕਸਪ੍ਰੈਸ ਐਂਟਰੀ ਤੋਂ ਬਾਅਦ ਇਹਨਾਂ ਨੇ ਜਿਹੜਾ 90,000 ਲਿਆਂਦਾ ਇਹਨਾਂ ਨੇ। 90,000 ਦੇ ਵਿੱਚ ਕੀ ਹੋਇਆ ਕਿ ਸਾਡੇ 40,000 ਜਿਹੜਾ ਕਿ ਸਟੂਡੈਂਟ ਹੈ, 20,000 ਜਿਹੜਾ ਫਰੰਟਲਾਈਨ ਵਰਕਰ ਅਤੇ 30,000 LMI 'ਤੇ ਜਿਹੜੇ ਕੰਮ ਕਰਦੇ ਨੇ ਵਰਕਰ। ਸੋ ਉਹਦੇ ਵਿੱਚ ਪ੍ਰੋਬਲਮ ਸਾਡੀ ਇਹ ਆਈ ਹੈ ਕਿ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਗੌਰਮੈਂਟ ਦਾ ਕਿ ਜਿਹੜਾ ਉਹਨਾਂ ਨੇ ਕੀਤਾ। ਉਸ ਤੋਂ ਬਾਅਦ ਜਿਹੜੀ ਪ੍ਰੋਬਲਮ ਇਹ ਆ ਕਿ ਜਿਹੜੇ ਵਰਕ ਪਰਮਿਟ ਹੋਲਡਰ ਆ, ਇਹਨਾਂ ਦੀ ਬੌਂਡਡ ਖਾਸ ਕਰਕੇ ਇੰਗਲਿਸ਼ ਦੀ ਪ੍ਰੋਬਲਮ ਆ ਰਹੀ ਆ ਕਿ ਇੰਗਲਿਸ਼ ਦੇ ਵਿੱਚ ਉਹ ਦੇਖੋ ਐਕਸਪੀਰੀਅੰਸ ਹੈਗਾ ਉਹਨਾਂ ਦੇ ਕੋਲ, ਉਹਨਾਂ ਕੋਲ ਤਜਰਬਾ ਬੜੇ ਲੰਬੇ ਸਮੇਂ ਤੋਂ ਕੰਮ ਕਰਦੇ, ਗੌਰਮੈਂਟ ਨੇ ਫਸਟ ਕੰਮ ਫਸਟ ਦੇ ਆਧਾਰ ਦੇ ਉੱਤੇ ਜਿਹੜਾ ਕੰਮ ਕੀਤਾ ਆ, ਉਹਦੇ ਵਿੱਚ ਪ੍ਰੋਬਲਮ ਹੈ ਕਿ ਜਿਹੜੇ 5-6 ਸਾਲ ਤੋਂ ਵਰਕਰ ਕੰਮ ਕਰ ਰਹੇ ਨੇ, ਐਕਸਪੀਰੀਅੰਸ ਹੈਗਾ ਉਹਨਾਂ ਦੇ ਕੋਲ, ਕੋਈ ਪ੍ਰੋਬਲਮ ਨਹੀਂ ਉਹਨਾਂ ਦੀ ਇਸ ਚੀਜ਼ ਦੇ ਉੱਤੇ, ਉਹ ਕੰਮ ਕਰ ਰਹੇ, ਟੈਕਸ ਭਰ ਰਹੇ ਆ। ਸੋ ਅਸੀਂ ਇੰਨੀ ਕੁ ਰਿਕੁਐਸਟ ਕਰਦੇ ਹਾਂ ਗੌਰਮੈਂਟ ਨੂੰ ਕਿ ਜਿਹੜੇ ਵਰਕਰ ਆ ਉਹਨਾਂ ਦੇ ਉੱਤੇ ਵੀ ਇਹ ਕੰਮ ਕਰਨਾ ਚਾਹੀਦਾ, ਗੌਰਮੈਂਟ ਨੂੰ ਕੁਛ ਚੰਗੇ ਵਧੀਆ ਡਿਸੀਜਨ ਲੈਣੇ ਚਾਹੀਦੇ ਜਿਹੜੇ ਵਰਕਰ ਦੇ ਉੱਤੇ। ਸੋ ਇਸ ਕਰਕੇ ਅਸੀਂ ਇੱਕ ਰਿਕੁਐਸਟ ਕਰਦੇ ਹਾਂ ਕਿ ਜਿੰਨੀ ਵੀ ਇੱਥੇ ਪ੍ਰੋਬਲਮ ਚੱਲ ਰਹੀ ਆ, ਖਾਸ ਕਰਕੇ ਇੰਟਰਨੈਸ਼ਨਲ ਵਰਕਰਾਂ ਦੀ, ਉਹਦੇ ਉੱਤੇ ਕੰਮ ਕਰਨ। ਪ੍ਰੋਬਲਮ ਇਸ ਤਰ੍ਹਾਂ ਕਿ ਦੇਖੋ ਜਿਹੜੇ ਇੱਕ ਤਾਂ ਉਹਨਾਂ ਦੀ ਇੰਗਲਿਸ਼ ਦੀ ਪ੍ਰੋਬਲਮ ਆਉਂਦੀ, ਹੁਣ ਜਿੱਦਾਂ ਇਹਨਾਂ ਨੇ ਫਰੰਟ ਲਾਈਨ ਜਿਹੜਾ ਵਰਕਰਾਂ ਦਾ ਕੰਮ ਕੀਤਾ ਉਹਦੇ 'ਤੇ ਇੰਗਲਿਸ਼ ਦੇ ਵਿੱਚ, ਅਤੇ ਹੁਣ ਉਹਨਾਂ ਜਿਹੜੇ 40,000 ਲੈਣੇ ਆ ਇਹਨਾਂ ਨੇ ਰੱਖਿਆ ਆ ਕਿ ਐਲਸ ਦਾ, ਐਲਸ ਦੇ ਵਾਸਤੇ ਉਹ ਕੰਮ ਕਰਦੇ ਆ ਆਪਣੇ, ਐਗਜ਼ਾਮਪਲ ਤੌਰ 'ਤੇ ਟਰੱਕ ਚਲਾਉਂਦੇ ਨੇ, ਟਰੱਕ ਚਲਾਉਂਦੇ ਨੇ, ਆਉਂਦੇ ਆ ਸਾਰੇ ਜਾਂਦੇ ਨੇ, 6-7 ਦਿਨ ਬਾਅਦ ਵਾਪਸ ਆਉਂਦੇ ਆ, ਅਤੇ ਵਾਪਸ ਆ ਕੇ ਫਿਰ ਉਹਨੂੰ ਵਾਪਸ ਕਰਨਾ, ਅਤੇ ਕਿਹੜੇ ਟਾਈਮ ਉਹ ਆਪਣਾ ਟੈਸਟ ਦੇਣ ਇੰਗਲਿਸ਼ ਦਾ। ਇਸੇ ਤਰ੍ਹਾਂ ਨੈਨੀਸ ਦੇਖ ਲਓ, ਘਰਾਂ 'ਚ ਕੰਮ ਹੈ, ਕੋਵਿਡ ਕਰਕੇ ਉਹ ਵੀ ਕਿਤੇ ਟੈਸਟ ਦੇਣ ਨਹੀਂ ਜਾ ਸਕਦੇ। ਸੋ ਇਹ ਵੱਡੀਆਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ, ਖਾਸ ਕਰਕੇ ਜਦੋਂ ਸਟੇਟਸ ਖਤਮ ਹੋ ਜਾਂਦੇ ਆ ਉਹਨਾਂ ਦੇ, ਜਦੋਂ ਹੁਣ ਇਹਨਾਂ ਨੇ ਇੱਕ ਵਿੱਚ ਹੋਰ ਰੱਖਤਾ BOPW ਡਬਲਯੂਪੀ ਜਿਹੜਾ ਰੱਖਤਾ ਵੀ ਬੌਂਡਡ ਉਹ ਨਹੀਂ ਹੈਗਾ, ਜਿਹੜਾ ਕਿ ਓਪਨ ਵਰਕ ਪਰਮਿਟ ਨਹੀਂ ਦੇਣਾ, ਉਹਦਾ ਕਰਕੇ ਜਦੋਂ ਉਹਨਾਂ ਦੇ ਖਤਮ ਹੋਣਗੇ ਵਰਕ ਪਰਮਿਟ ਤਾਂ ਉਹਨਾਂ ਦੇ ਨਿਊ ਨਹੀਂ ਕਰਾ ਸਕਣਗੇ। ਇਹ ਵੱਡੀਆਂ ਪ੍ਰੋਬਲਮਾਂ ਇਹਦੇ ਵਿੱਚ ਬਹੁਤ ਜ਼ਿਆਦਾ ਆ ਰਹੀਆਂ। ਤੁਸੀਂ ਕੀ ਚਾਹੁੰਦੇ ਭਾਅ ਜੀ, ਔਨਲਾਈਨ ਜੇ ਤੁਹਾਨੂੰ ਉਹ ਸਰਵਿਸਿਜ਼ ਪ੍ਰੋਵਾਈਡ ਕਰਨ, ਔਨਲਾਈਨ ਤੁਸੀਂ ਕਰ ਸਕਦੇ ਹੋ ਸਟੱਡੀ ਇੰਗਲਿਸ਼ ਦੇ? ਹਾਂਜੀ, ਔਨਲਾਈਨ ਵੀ ਕਰ ਸਕਦੇ, ਬਟ ਉਹਨਾਂ ਕੋਲ ਟਾਈਮ ਕਿੱਥੇ ਹੋਏਗਾ ਜੀ? ਟਾਈਮ ਤਾਂ ਕੰਮ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਕਿਤੇ ਟਰੱਕ ਚਲਾਉਂਦਾ ਬੰਦਾ ਕਿੱਥੇ ਉਹਦੇ ਵਿੱਚ ਉਹ ਕਰ ਸਕਦਾ, ਘਰਾਂ ਦੇ ਵਿੱਚ ਕੰਮ ਕਰਦੇ ਨੇ, ਹਰ ਜਗ੍ਹਾ 'ਤੇ ਕੰਮ ਕਰਦੇ ਨੇ, ਜਾਂ ਕਾਰਪੈਂਟਰ, ਮੈਸਨ ਜਾਂ ਦੂਸਰੇ ਇਲੈਕਟ੍ਰੀਸ਼ਨ ਆ, ਉਹਨਾਂ ਦੇ ਹੁਣ ਔਨਲਾਈਨ ਥੋੜ੍ਹਾ ਕੰਮ ਕਰਨਗੇ, ਆਪਣੇ ਜੋਬ ਕਰਨਗੇ, ਜਾਂ ਉਹਨਾਂ ਟੈਕਸ ਭਰਦੇ ਆ, ਜਾਂ ਆਪਣੇ ਉਹਨਾਂ ਚੱਲ ਰਿਹਾ, ਉਹਦੇ ਵਿੱਚ ਹੁਣ ਜੇ ਸਟੱਡੀ ਇਹਨਾਂ ਨੂੰ ਜੇ ਕੋਵਿਡ ਦੇ ਆਧਾਰ ਨੂੰ ਮੁੱਖ ਰੱਖਦੇ ਹਾਂ, ਜੇ ਉਹਨਾਂ ਕੰਮ ਕਰਨੇ ਤਾਂ ਉਹਨਾਂ ਨੂੰ ਇਹ ਬੰਦ ਕਰਨੀ ਚਾਹੀਦੀ ਹੈ ਜੀ। ਸੋ ਤੁਹਾਡੇ ਖਿਆਲ ਮੁਤਾਬਕ ਕੀ ਹੋਣਾ ਚਾਹੀਦਾ? ਅਸੀਂ ਤਾਂ ਇਹ ਚਾਹੁੰਦੇ ਹਾਂ ਜੀ, ਮਤਲਬ ਉਹਨਾਂ ਨੂੰ ਜਿੱਦਾਂ ਹੁਣ ਫਸਟ ਕੰਮ ਫਸਟ ਆਧਾਰ ਦੇ ਉੱਤੇ ਇਹਨਾਂ ਨੇ ਜਿਹੜਾ ਕੀਤਾ ਆ, ਇਹਨਾਂ ਨੂੰ ਦੇਖਣਾ ਚਾਹੀਦਾ ਸੀਗਾ 14 ਤੋਂ
2014 तो 15 तो 16 तो जिहड़े पहलां आए ने उस तरीके नाल सिस्टम बनाउंदे तां उह जिहड़े वर्कर इन्ने चिर दे इत्थे काम कर रहे आ उह भी सारे जाने के इस घेरे विच आ सकदे सीगे जी। जी असं जी इन्होंने 26 अप्रैल जी पिछले दिन लंघ गई आ बहुत वधिया जी हाउस ऑफ कॉमन के गलबात चली है 2 घंटे असी उन्हों ही इंप्लीमेंट कर लैन बस भी जो इन्होंने कहा वो बहुत बिल्कुल असी उहदे नाल सहमत हाँ कि उन्होंने इंग्लिश बंद करने की गल की है इस टाइम तो कोविड करके तुसी एक पासे तो बाहरों तुसी डिमांड रखी हुई है आउट ऑफ कंट्री में तुसी लियाने तो क्यों नहीं इतने एक्सपीरियंस होल्डर ऑलरेडी इतने बैठे आ तो तुसी एलएस नूं बंद करके तुसी उन्हां नूं पक्के किया जाए क्यों वैसे भी जिहड़े स्पाउस आउंदे आ जां मतलब रिफ्यूजी क्लेम बनाउंदे आ तुसी उह वी तां विदाउट इंग्लिश ही आउंदे आ ना सारे काम कर रहे हैं कोई प्रॉब्लम नहीं आउंदी सो इस करके असीं मंग करदे आ कि इस टाइम तो कोविड नूं मुख रखदे आ इन्हां नूं एक फैसला लेना चाहिए जिवें बाकी ये प्रोजैक्ट लियाउंदे इसे तरह एक ओनली बॉन्डड वर्क परमिट तो ओपन वर्क परमिट वालों के सिर्फ इन्हां नूं पहल दे आधार दे उत्ते फैसला लेना चाहिए इसे तरह जिदा एक 90,000 किया है। सत श्री अकाल जी सारिआं नूं मैं तुहाडा हरजिंदर चीमा सो बड़ी खुशी वाली गल है कि साडी कनेडा गौरमेंट ने 90,000 लोगों नूं पक्के करन दा एक बड़ा वड्डा फैसला लिया है पर उहदे च छोटा जिहा कंसर्न आ कि जिहड़े स्टूडेंट आ उह इंडिया तों वी आईलैट्स करके आया इत्थे वी पढ़े लिखे आ उह तां 4 बैंड लै लैणगे पर जिहड़े साडे स्केल्ड वर्कर आ जां जिहड़े फार्मां दे विच काम करदे आ ट्रक ड्राइवर आ उहनां लई तां बड़ा ज़्यादा हार्ड आ बैंड लैणा क्योंकि सवेर दा सूरज चढ़न तों पहलां उह काम लई तैयार होए हुंदे आ तां शाम दा नेरा होया हुंदा जदों उह घर दा मूँह देखदे आ उन्हां दे कोल पढ़न वास्ते एक टाइम मिनट भी नहीं हुंदा सो उन्हां लई बड़ा ज़्यादा हार्ड आ क्योंकि जिहड़े बॉन्डड वर्क परमिट ते आ जां जिहड़े ट्रक ड्राइवर वास्ते भी 4-4, 5-5 दिन विचारे बाहर जांदे आ अमेरिका नूं जांदे जां कनेडा वाइड जांदे मैं खुद भी एक लौंग हॉल ट्रक ड्राइवर हाँ सो मैनूं पता कि जदों 4-5 दिन बाद काम करके वापस बंदा हुंदा मैनूं नहीं लगदा कि उह क्लासां ला के बैंड लै सकदा वा सो हर कोई बंदा अपना इत्थे काम करदा वा जिन्नी उहनूं इंग्लिश दी लोड हैगी अपनी ग्रोसरी खरीददा जे मैं आ मैनूं बैंड लैणे हार्ड होणगे पर मैं जे किसी तों लोड चक्कणा है लोड लाउणा है मैं अपने सारे काम करदा मेरे होर कोई काम नहीं करदा मैं अपनी इंग्लिश बोल लैंदा जिन्नी की बोलनी हुंदी है पर जदे बैंड लैण दी गल आउंदी है उहदे वास्ते मैनूं क्लासां लाउणियां पैणगियां पर क्लासां लाउण वास्ते इत्थे किसी कोल वी टाइम नहीं हैगा सो साडी कनेडा गौरमेंट दे अगे इही बेनती है रिक्वेस्ट है हथ जोड़ के कि सारिआं दे बैंड माफ़ कर दित्ते जाण ते सारिआं नूं पीआर दित्ती जावे क्योंकि जेकर पीआर दिंदे आ क्योंकि जिहड़ा कच्चा बंदा उह आपदे पैसे नाल इत्थे साइकिल खरीद के वी राजी नहीं हैगा क्योंकि उहनूं डर हुंदा है कि पता नहीं किहड़े वेले किसी ने कह देना कि चलो जी मूव होवे इत्थों सो जे पक्के हुंदे आ सारे अपने इत्थे घर लैणगे वड्डे वड्डे बिजनेस चलाउणगे ते कनेडा गौरमेंट नूं वी उहदे च बड़ा वड्डा बेनीफिट हो सकदा ते बाकी भी जिहड़ी भी विचारे लोक मेरे वर्गे कच्चे फिरदे आ उहनां नूं भी एक वधिया सोहणी लाइफ मिल सकदी है सो मैनूं लगदा कि कनेडा गौरमेंट नूं एक वड्डा उपराला करना चाहिए कि सारिआं दे बैंड माफ़ करके सारिआं नूं पक्कियां करना चाहिए क्योंकि COVID-19 दे विच बड़ा मुश्किल वाला टाइम सीगा जदों सारे ने काम किया वा सो माड़े टाइम दे विचों गुजरदियां होइयां भी कच्चे जिहड़े लोग सीगे उन्होंने सब तो ज़्यादा हार्ड वर्क किया इत्थे क्योंकि उन्हां नूं चैक लैण दी भी टेंशन हुंदी सीगी ते घर दे भी खर्चे चलाउणे आ जिहड़े विचारे फैमिली दे नाल आए होए आ ते फार्मां दा काम करदे आ उन्हां दे फार्म लेबर दे विच वाइफ नूं वर्क परमिट नहीं मिलदा सो उहदी वाइफ जिहड़ी आ विचारी घर बैठी रहिंदी आ 2-2 साल जिन्हां दे वर्क परमिट एक्सपायर होण तक आ जांदे आ सो नवें वर्क परमिट वास्ते इन्ने ने पैसे भरने पैंदे आ सो साडी गौरमेंट दे अगे यही बेनती है कि जे बहुत ही वड्डी गल इह आ कि असीं 10-10, 20-20 हज़ार बॉन्ड भरन वास्ते तैयार हाँ पर साडे बैंड माफ़ करके सानूं पीयर किया जावे साडी यही बेनती है। तुसीं एक गल कही कि तुसीं पैसे भरन नूं तैयार आ कि सारे ही इस काबिल है सारे भर सकदे आ इह तां फिर इक तुसीं ऑप्शन होर दे रहे हैगे आ कई लोग नहीं भर सकदे होणगे बॉन्ड। देखो भैन जी जिहड़ी पैसे भरन की गल आ जे असीं पैसे भर के सानूं पीयर मिलती है असीं आपदी खुल के काम कर सकते हैं जिहड़ा बॉन्डड वर्क परमिट ते आ उह नाले तां अपने इंपलायरां दीआं तों झिड़कां खांदा ते नाले काम करदा वा सो उह उहनां वास्ते बड़ा ज़्यादा हार्ड आ जे सानूं पैसे भर के सानूं पीयर देंदी है गौरमेंट सो असीं एग्री हाँ सो मैनूं लगदा कि बहुत सारे वीर इहो जिहे भी होणगे कि जिहड़े चाहुंदे आ कि हाँ कि अमेरिका दे विच वी इदां ही आ कि उह भी बॉन्ड भरवा लैंदे आ सो ओपन वर्क परमिट देंदे आ कि बंदा जिथे मर्जी काम करे उहनूं इह नहीं हैगा कि हाँ जी तूं फलाने दे कोलों वर्क परमिट लिया तूं उहदे कोल ही काम कर सकदा उह कह दिंदा कि मेरे को काम ही नहीं हैगा।
ਸੋ ਤੁਸੀਂ ਸਿਰਫ ਪ੍ਰੈਸ ਕਾਨਫਰੰਸ ਮੀਡੀਆ ਲਈ ਕਰ ਰਹੇ ਹੋ ਕਿ ਜਾਂ ਤੁਸੀਂ ਇਹਦੇ ਲਈ ਕੋਈ ਪਟੀਸ਼ਨ ਵੀ ਸਾਈਨ ਕਰ ਰਹੇ ਹੋ ਕਿ ਕਿੰਨੇ ਕੁ ਲੋਕ ਤੁਹਾਡੇ ਨਾਲ ਸਹਿਮਤ ਆ, ਕਿੰਨੇ ਕੁ ਲੋਕ ਚਾਹੁੰਦੇ ਆ ਕਿ ਇਹ ਜਿਹੜਾ ਆਈਲਸ ਦਾ ਇਹ ਰਿਮੂਵ ਕਰਨਾ ਚਾਹੀਦਾ ਆ, ਕੋਈ ਇਹਦੀਆਂ ਗਾਈਡਲਾਈਨਸ ਨਹੀਂ ਹੋਣੀਆਂ ਚਾਹੀਦੀਆਂ? ਮੈਨੂੰ ਲੱਗਦਾ ਜੀ ਹਰ ਕੋਈ ਚਾਹੁੰਦਾ, ਜਿੰਨੇ ਵੀ ਕੱਚੇ ਲੋਕ ਆ ਉਹ ਤਾਂ ਚਾਹੁੰਦੇ ਆ, ਪਰ ਜਿਹੜੇ ਪੱਕੇ ਲੋਕ ਆ ਉਹ ਵੀ ਕਾਫੀ ਹੱਦ ਤੱਕ ਚਾਹੁੰਦੇ ਆ ਕਿ ਜਿਹੜੇ ਇੱਥੇ ਕੱਚੇ ਲੋਕ ਹੈਗੇ ਆ ਪੱਕੇ ਹੋਣ, ਪਰ ਕਈ ਹੈਗੇ ਆ ਵੀ ਜਿਹੜੇ ਚਾਹੁੰਦੇ ਆ ਕਿ ਹਾਂ ਜੀ ਨਾ ਜੀ ਅਸੀਂ ਪਹਿਲਾਂ ਆਏ ਇੱਥੇ, ਇਹ ਤਾਂ ਕੈਨੇਡਾ ਸਾਡਾ ਵਾ, ਅਸੀਂ ਇਹ ਕਿਉਂ ਪੱਕੇ ਹੋ ਗਏ? ਪਰ ਨਹੀਂ, ਇਦਾਂ ਨਹੀਂ ਹੋਣਾ ਚਾਹੀਦਾ। ਤੁਹਾਡੀ ਇੱਥੇ ਮੈਂ ਗੱਲ ਕੱਟਦੀ ਆ, ਕਿਉਂਕਿ ਜਿਹੜੇ ਲੋਕ ਪਹਿਲਾਂ ਇੱਥੇ ਬਹੁਤ ਪਹਿਲਾਂ ਆਏ ਹੋਏ ਆ, ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਆਏ ਹੋਏ ਆ, ਹਾਂਜੀ, ਕੋਈ ਇਦਾਂ ਦੀ ਹੈ ਨਹੀਂ ਕੀ ਗੱਲਬਾਤ, ਇਹ ਸਿਰਫ ਕੁਝ ਸਾਡੀ ਆਪਸ ਵਿੱਚ ਅੰਡਰਸਟੈਂਡਿੰਗ ਹੁੰਦੀ ਆ। ਕੁਝ ਲੋਕ ਹਰ ਕਮਿਊਨਿਟੀ 'ਚ ਚੰਗੇ ਮਾੜੇ ਹੁੰਦੇ ਆ, ਹਾਂਜੀ, ਪਰ ਤੁਸੀਂ ਇੱਕ ਗੱਲ ਨੂੰ ਇੱਥੇ ਸਹਿਮਤ ਹੋਵੋਗੇ ਕਿ ਤੁਹਾਡੀ ਪਟੀਸ਼ਨ ਤੇ ਸਾਈਨ ਕਰਨ ਲਈ ਸਿਟੀਜ਼ਨਸ ਤੇ ਪੀਆਰ ਸਾਰਿਆਂ ਨੇ ਬੜਾ ਤੁਹਾਡਾ ਸਾਥ ਦਿੱਤਾ, ਹਾਂਜੀ, ਤੁਸੀਂ ਇਹਦੇ ਲਈ ਕਿਉਂ ਨਹੀਂ ਇੱਕ ਵੀ ਹੋਰ ਦੁਬਾਰਾ ਪਟੀਸ਼ਨ ਕੋਈ ਇਹੋ ਜਿਹੀ ਕਰਦੇ ਕਿ ਤੁਹਾਡੇ ਵੱਲੋਂ ਇੱਕ ਵਾਰੀ ਫੇਰ ਕਿਹਾ ਜਾਵੇ ਤਾਂ ਕਿ ਹੋਰ ਲੋਕ ਵੀ ਤੁਹਾਡੀ ਮਦਦ ਕਰਨ? ਅਸੀਂ ਸਾਰਿਆਂ ਦੇ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਪੀਆਰ ਜਾਂ ਸਿਟੀਜ਼ਨ ਹੈਗੇ ਆ, ਸੋ ਜਿਹੜੀ ਪਟੀਸ਼ਨ ਰਾਈਟ ਨੂੰ ਇੱਕ ਚੱਲ ਰਹੀ ਹੈ ਪਟੀਸ਼ਨ ਸਾਈਨ ਵਾਸਤੇ, ਉਹ ਵੀ ਬੈਂਡ ਦਾ ਰਿਮੂਵ ਕਰਨ ਵਾਸਤੇ ਆ, ਸੋ ਉਹਨੂੰ ਸਾਈਨ ਕਰਨ, ਕਿਉਂਕਿ ਜਿਹੜੇ ਇੱਥੇ ਪੱਕੇ ਹੋਏ ਆ ਪਹਿਲਾਂ ਪੁਰਾਣੇ ਆ, ਉਹਨਾਂ ਦੀ ਹੈਲਪ ਦੇ ਨਾਲ ਹੀ ਜਿਹੜੇ ਬਾਅਦ 'ਚ ਆਏ ਵੀਰ ਭਰਾ ਵਾ ਸਾਰੇ ਅਸੀਂ ਇੱਥੇ ਸੈੱਟ ਹੋ ਸਕਦੇ ਹਾਂ, ਕਿਉਂਕਿ ਬੜੀ ਖੂਬਸੂਰਤ ਕੰਟਰੀ ਆਏ। ਸੋ ਮੈਂ ਜਦੋਂ ਇੱਥੋਂ ਅਲਬਰਟਾ ਤੋਂ ਉਹ ਵਿਨੀਪੈਗ ਵੱਲ ਨੂੰ ਜਾਂਦਾ ਵਾਂ ਅਤੇ ਕੈਨੇਡਾ ਬਹੁਤ ਵੱਡਾ ਕੈਨੇਡਾ ਹੈ ਅਤੇ ਸਾਰਾ ਹੀ ਖੁੱਲ੍ਹਾ ਪਿਆ ਹੋਇਆ, ਵਿਹਲਾ ਪਿਆ ਹੋਇਆ। ਸੋ ਮੈਨੂੰ ਲੱਗਦਾ ਕਿ ਜੇ ਸਾਡੀ ਗੌਰਮੈਂਟ ਇਹ ਕਹੇ ਨਾ ਕਿ ਹਾਂ ਕਿ ਤੁਸੀਂ ਫਲਾਣੇ ਟਾਊਨ 'ਚ ਚੱਲ ਜਾਓ ਅਤੇ ਉੱਥੇ ਜਾ ਕੇ ਤੁਹਾਨੂੰ ਜਾਂਦੇ ਪੀ ਆਰ ਮਿਲ ਜੂਗੀ, ਸੋ ਮੈਨੂੰ ਲੱਗਦਾ ਕਿ ਸਾਰੀ ਕੈਨੇਡਾ ਹੀ ਸਰੀ ਵਰਗੀ ਬਣ ਜੂਗੀ। ਸੋ ਸਾਡੀ ਕੈਨੇਡਾ ਗੌਰਮੈਂਟ ਦੇ ਅੱਗੇ ਇਹੀ ਬੇਨਤੀ ਹੈ ਕਿ ਸਾਰਿਆਂ ਨੂੰ ਪੱਕਿਆਂ ਕੀਤਾ ਜਾਵੇ। ਸੋ ਥੈਂਕ ਯੂ ਸੋ ਮੱਚ ਜੀ। ਮੇਰਾ ਨਾਮ ਸਿਮਰਪਾਲ ਆ। ਸੋ ਅਸੀਂ ਐਡਰਗਰੋ ਤੋਂ ਆ। ਸੋ ਅਸੀਂ ਪਹਿਲਾਂ ਤਾਂ ਗੌਰਮੈਂਟ ਦਾ ਥੈਂਕ ਯੂ ਕਰਦੇ ਹਾਂ ਜੋ ਉਹਨਾਂ ਨੇ ਰੂਲਸ ਵਗੈਰਾ ਸਟਾਰਟ ਕੀਤੇ ਹੈਗੇ ਸਾਰਾ ਕੁਛ, ਪਰ ਮੇਨ ਪ੍ਰੋਬਲਮ ਉਹੀ ਆ ਕਿ ਆਪਾਂ ਨੂੰ ਆਈਲੈਟਸ ਹੀ ਆ ਰਹੀ ਆ, ਰਾਈਟ? ਆਈਲੈਟਸ ਐਕਚੁਅਲੀ ਹੈਗਾ ਕੀ ਆ? ਇਹਦੇ ਵਿੱਚ ਚਾਰ ਮੋਡਿਊਲ ਆ ਆਪਣੇ, ਲਿਸਨਿੰਗ, ਰੀਡਿੰਗ ਐਂਡ ਰਾਈਟਿੰਗ। ਹੁਣ ਜਿਹੜੇ ਤਾਂ ਇੰਜੀਨੀਅਰ ਸੋਫਟਵੇਅਰ ਹੋਣਗੇ ਉਹ ਤਾਂ ਡੈਫੀਨੇਟਲੀ ਬੈਂਡ 8 ਵੀ ਲਿਆ ਸਕਦੇ, 8 ਪਲੱਸ ਵੀ ਜਾਣਗੇ, ਪਰ ਜਿਹੜੇ 45 ਪਲੱਸ ਹੈਗੇ ਹੈ ਨਾ ਉਹ ਆਈਲੈਟਸ ਨਹੀਂ ਕਰ ਸਕਦੇ, ਕਿਉਂਕਿ ਉਹ 'ਚ ਪ੍ਰੋਬਲਮ ਇਹ ਆਉਂਦੀ ਹੈਗੀ ਕਿ ਆਪਾਂ ਇੱਕ ਸਿੰਪਲ ਲੈਂਗੁਏਜ 'ਚ ਬੋਲਦੇ ਹੈਗੇ ਜਿੱਦਾਂ ਹੈਪੀ ਆ, ਪਰ ਜਿਹੜੀ ਆਈਲੈਟਸ ਦੇ ਵਿੱਚ ਆਪਾਂ ਰੀਡਿੰਗ 'ਚ ਆਪਾਂ ਵਰਡਸ ਨੂੰ ਆਪਾਂ ਕੱਢਣਾ ਉਹਦੇ ਵਿੱਚ, ਉਹਦੀ ਸਿਨੋਨਿਮਸ ਡਿਫਰੈਂਟ ਹੋਊਗੀ, ਉਹ ਆਪਾਂ ਨਹੀਂ ਲੱਭ ਸਕਦੇ ਹੈਗੇ, ਉਹ ਬਹੁਤ ਹਾਰਡ ਹੈ ਉਹਨਾਂ ਵਾਸਤੇ। ਬੇਸ਼ੱਕ ਇਹਨਾਂ ਨੇ ਆਪਣੇ ਪੁਆਇੰਟਸ ਵੀ ਆਪਾਂ ਨੂੰ ਕਰਤੇ ਕਿ ਤੁਸੀਂ 4 ਬੈਂਡ ਲੈ ਆਓ, 5 ਬੈਂਡ ਲੈ ਆਓ, ਜੇ ਉਹ ਇੱਕ ਵੀ ਕਰਦੇ ਆ ਨਾ ਉਹ 45 ਪਲੱਸ ਵਾਲੇ ਉਹ ਇੱਕ ਵੀ ਨਹੀਂ ਲਿਆ ਸਕਦੇ, ਕਿਉਂਕਿ ਉਹਨਾਂ ਨੇ ਪਹਿਲੀ ਗੱਲ ਤਾਂ ਸਟੱਡੀ ਛੱਡੇ ਨੂੰ ਬਹੁਤ ਟਾਈਮ ਹੋ ਗਿਆ, ਜਦੋਂ ਅਸੀਂ ਸਟੱਡੀ ਤੋਂ ਆਊਟ ਆਫ ਟੱਚ ਹੋ ਚੁੱਕੇ ਹਾਂ ਅਸੀਂ ਆਈਲੈਟਸ ਨਹੀਂ ਕਰ ਸਕਦੇ। ਸੋ ਅਗਰ ਜੇ ਇਹਨਾਂ ਨੇ ਆਈਲੈਟਸ ਹੀ ਕੰਪਲਸਰੀ ਇਹ ਕਹਿੰਦੇ ਕਿ ਨਹੀਂ ਤੁਹਾਨੂੰ ਬੈਂਡਸ ਚਾਹੀਦੇ ਆ, ਸੋ ਇਹਦਾ ਇੱਕ ਅਲਟਰਨੇਟਿਵ ਮੋਟਿਵ ਇਹ ਵੀ ਹੈਗਾ ਕਿ ਜਿਹਦਾ ਮੰਨ ਲਓ ਜੇ ਫਾਰਮਿੰਗ ਆ, ਕਾਰਪੈਂਟਰ ਹੈਗੇ ਜਾਂ ਟਰੱਕਿੰਗ ਹਾਲਸ ਵਾਲੇ ਹੈਗੇ, ਹੈ ਨਾ, ਤੁਸੀਂ ਉਹਨਾਂ ਦੀ ਇੰਟਰਵਿਊ ਲੈ ਲਓ, ਉਹਦੇ ਅਕੋਰਡਿੰਗ ਜੋਬ ਦੇ ਅਕੋਰਡਿੰਗ ਤੁਸੀਂ ਇੰਟਰਵਿਊ ਲੈ ਕੇ ਦੇਖੋ ਉਹ ਬੰਦਾ ਕਿੱਦਾਂ ਬੋਲਦਾ ਆ, ਕਿਉਂਕਿ ਜਿਹੜੇ ਮੇਨ ਡੇਲੀ ਯੂਜ ਵਾਸਤੇ ਹੈਗੇ ਆਪਾਂ ਉਨੀ ਕੁ ਤਾਂ ਇੰਗਲਿਸ਼ ਸਾਰੇ ਜਾਣੇ ਬੋਲਦੇ ਹੀ ਹੈਗੇ, ਜਦੋਂ ਆਪਾਂ ਲਾਈਸੈਂਸ ਕਰਦੇ ਹਾਂ ਆਪਾਂ ਉੱਥੇ ਇੰਗਲਿਸ਼ 'ਚ ਕਰਕੇ ਫਿਰ ਹੀ ਆਪਾਂ ਲਾਈਸੈਂਸ ਲੈਂਦੇ ਹਾਂ, ਰਾਈਟ? ਜਦੋਂ ਆਪਾਂ ਕਮਰਸ਼ੀਅਲ ਦਾ ਕਰਦੇ ਹਾਂ ਉਦੋਂ ਵੀ ਆਪਾਂ ਇੰਗਲਿਸ਼ ਬੋਲਦੇ ਹੈਗੇ ਆ। ਸੋ ਸਾਡੀ ਰਿਕੁਐਸਟ ਇਹੀ ਹੈ ਕਿ ਤੁਸੀਂ ਪਲੀਜ਼ ਆਈਲੈਟਸ ਨੂੰ ਸਾਈਡ 'ਤੇ ਕਰਕੇ, ਜਿਹੜੇ ਇੱਥੇ ਜਦੋਂ ਉਹਨੂੰ 5-5 ਸਾਲ ਹੋ ਗਏ, 7 ਸਾਲ ਹੋ ਗਏ, ਹੈ ਨਾ, ਆਏ ਹੋਏ ਆ, ਤੁਸੀਂ ਉਹਨਾਂ ਨੂੰ ਪਲੀਜ਼ ਪੱਕੇ ਕਰੋ, ਕਿਉਂਕਿ ਜਦੋਂ ਪਰਮਿਟ ਫਿਨਿਸ਼ ਹੁੰਦਾ ਆ, ਇੰਪਲੋਇਰ ਸਟੇਟਸ 'ਤੇ ਜਾਂਦੇ ਆ, ਬੱਚੇ ਸਕੂਲ ਨਹੀਂ ਜਾ ਪਾ ਰਹੇ, ਲਾਈਸੈਂਸ ਉੱਥੇ ਸਟੋਪ ਹੋਣਾ ਆਪਣਾ, ਸਾਰਾ ਕੁਛ ਰੁਕ ਜਾਣਾ ਹੈਗਾ ਆ। ਜੇ ਹੁਣ ਜਿਹੜੀ ਉਹਨਾਂ ਨੇ ਨਿਊ ਪਾਲਿਸੀ ਆਪਣੀ ਕੱਢੀ ਆ, ਰਾਈਟ, ਉਹਦੇ ਵਿੱਚ ਉਹਨਾਂ ਬੋਨ ਸਿਸਟਮ ਕਹਿੰਦੇ ਆ ਹੋਊਗਾ, ਜੇ ਹੁਣ ਉਹ ਬੋਨ ਸਿਸਟਮ ਕਰਦੇ ਹੈਗੇ ਆ, ਇਹਦੇ ਵਿੱਚ ਇਹ ਵੀ ਨਹੀਂ ਐਗਜੈਕਟ ਪਤਾ ਆਪਾਂ ਨੂੰ ਕਿ ਆਪਾਂ ਨੂੰ ਕਿੰਨੇ ਚਿਰ 'ਚ ਪੀ ਆਰ ਮਿਲਣੀ ਆ, ਉਹ ਬੰਦਾ ਤਾਂ ਸਟੱਕ ਹੋ ਗਿਆ, ਉਹ ਕਿਤੇ ਕੰਮ ਨਹੀਂ ਕਰ ਸਕਦਾ, ਰਾਈਟ? ਉਹ ਫਿਰ ਕਿੱਥੋਂ ਗਰੋਸਰੀ ਕਿੱਥੋਂ ਪੇ ਕਰੂਗਾ, ਹਾਊਸ ਰੈਂਟ ਕਿੱਥੋਂ ਪੇ ਕਰੂਗਾ, ਪਲੱਸ ਜਿਹੜੀ ਐੱਮ ਐੱਸ ਪੀ ਹੈਗੀ ਆ ਉਹਦੀ ਵੀ ਬੰਦ ਹੈਗੀ, ਉਹ ਕੀ ਕਰੂਗਾ? ਸੋ ਪਲੀਜ਼ ਇਹਨੂੰ ਬੋਨ ਸਿਸਟਮ ਨਾ ਕਰੋ, ਐਟਲੀਸਟ ਤੁਸੀਂ ਪਰਮਿਸ਼ਨ ਦਿਓ ਕਿ ਹਾਂ ਜੇ ਤੁਹਾਡਾ ਪੀ ਆਰ ਦਾ ਆ ਰਿਹਾ ਹੈਗਾ ਆ, ਤੁਸੀਂ ਇੱਕ ਬੰਦੇ ਨੂੰ ਪਰਮਿਸ਼ਨ ਦਿਓ ਕਿ ਉਹ ਕੰਮ ਕਰ ਸਕੇ, ਐਟਲੀਸਟ ਆਪਣਾ ਰੈਂਟ ਪੇ ਕਰ ਸਕੇ, ਆਪਣੀ ਗਰੋਸਰੀ ਲਿਆ ਸਕੇ, ਆਪਣੀ ਇੰਸ਼ੋਰੈਂਸ ਕਵਰ ਕਰ ਸਕੇ। ਅਦਰਵਾਈਜ਼ ਇਹ ਬਹੁਤ ਹਾਰਡ ਹੋ ਜੂਗਾ ਸਾਰਿਆਂ ਵਾਸਤੇ। ਤੁਸੀਂ ਲੋਅਰ ਗਰਾਊਂਡ ਲੈਵਲ 'ਤੇ ਆ ਕੇ ਦੇਖੋ ਕਿੰਨੇ ਕੁ ਲੋਕ ਪਰੇਸ਼ਾਨ ਹੈ, ਰੋਜ਼ ਤੁਹਾਡੇ ਤੋਂ ਰਿਕੁਐਸਟ ਕਰ ਰਹੇ ਇਸੇ ਚੀਜ਼ ਨੂੰ ਕਿ ਪਲੀਜ਼ ਆਈਲੈਟਸ ਨੂੰ ਸਾਈਡ 'ਤੇ ਰੱਖ ਕੇ ਉਹਨਾਂ ਦੀ ਹੈਲਪ ਕਰੋ, ਅਸੀਂ ਇਹੀ ਗੌਰਮੈਂਟ ਤੋਂ ਡਿਮਾਂਡ ਕਰ ਰਹੇ ਹਾਂ। ਮੈਂ ਪੀ ਆਰ 'ਤੇ ਜਿੱਦਾਂ ਆਪਾਂ ਚੱਲ ਰਹੀ ਪਟੀਸ਼ਨ ਬਾਰੇ ਜਿੱਦਾਂ ਗੱਲ ਹੋਈ ਹੈ ਪਹਿਲਾਂ ਵੀ ਕਿ ਪਟੀਸ਼ਨ ਚੱਲੀ ਆ 90,000 ਗੌਰਮੈਂਟ ਪੱਕੇ ਕਰ ਰਹੀ ਆ, ਪਰ ਕੁਛ ਛੋਟੀਆਂ ਜਿਹੜੀ ਪ੍ਰੋਬਲਮਾਂ ਹੈਗੀਆਂ ਜਿੱਦਾਂ ਆਈਲੈਟਸ ਦੇ ਜੀ ਮੇਨ ਬਹੁਤ ਵਰਕਰ ਆ ਜਿਹੜੇ ਸਟੱਡੀ ਦਾ ਗੈਪ ਬਹੁਤ ਆ ਜੀ, 15-15, 20-20 ਸਾਲ ਦਾ ਗੈਪ ਆ ਜੀ ਉਹਨਾਂ ਦਾ, ਉਹ ਨਹੀਂ ਕਰ ਸਕਦੇ ਕਿਉਂਕਿ ਕੰਮਾਂ ਤੋਂ ਕੰਮਾਂ ਆ ਕੇ ਔਖਾ ਜੀ ਕਲਾਸਾਂ ਲਾਉਣੀਆਂ।
इस करके अं सा यही अपील है बस गवर्नमेंट अगे साडे परमिट खत्म होने आ गए जी नवें परमिट कराने फिर 30-30 हज़ार डॉलर लाने जी उद सरकार बॉन्ड भरा ले जिदा मेरे वीर ने पहला किया उन्होंने गलों सहमत अं भी जो सरकार बॉन्ड भरा ले सूँ सिक्योर हो जाएंगे सूँ PR का चांस आ जी अं परमिट न्यू कराई जाने जी उन्ना असं पैसे अर्न नहीं करते जिन्हें असं लाई जाने जी बस यही अपील है जी गवर्नमेंट अगे भी साढ़े बारे भी वर्करों बारे सोचा जाए क्योंकि बहुत लेबर क्लास वर्कर है जोड़े इस फील्ड के जी तो यही है जी धन्यवाद कर देने मीडिया का जी जो साथ दे रही है जी या पहला भैन जी पहले सांझा TV तो आप जी का बहुत बहुत धन्यवाद जी पहला तो तुसी साड़ी आवाज़ गवर्नमेंट तक पहुँचाई है थैंक यू सो मच जी तो अज की मीटिंग साड़ी जी सी कि जेडे 90,000 गवर्नमेंट ने ऐलान किया एप्लीकेशन लैन वास्ते ना साड़ी प्रॉब्लम यह सी कि जेडे 30,000 वर्कर दे वास्ते उन्होंने राखवा रखा सी उहदे विच उह आ नहीं रहे वर्कर कि जिन्हां दे करके आ रहे सी उहदे विच वड्डी प्रॉब्लम आउंदी आ अपने दी LS दी कि उन्हां कोल टाइम नहीं हैगा बुकिंग नहीं कर सकते कि फस्ट कम फस्ट दे आधार दे उत्ते गवर्नमेंट ने यह एप्लीकेशन लैनियां आ ते जिहड़े जॉब कर रहे आ कंटिन्यू जॉब करदे पर उन्होंने कोविड दे विच भी कोई बेनीफिट नहीं लिया गवर्नमेंट कोलों बहुत ही तादाद विच इह लोक ने कि वर्क कर रहे ने ट्रक चलाउंदे ने घरां 'च काम करदे ने जां रिफ्यूजी अपने रिफ्यूजी क्लेमेंट है हर एक तरह का बंदा अपने घरां दे विच काम कर रहा है इलैक्ट्रीशियन का काम कर रहा है पलंबर काम कर रहे हैं सो इस करके जिहड़ी प्रॉब्लम आउंदी आ कि उहनां दे टाइम ही नहीं हैगा पहले नंबर तां इन्ना पढ़न दा ते जदों काम छड्ड के पढ़नगे तां बुकिंग करदे तां LS बुक नहीं हो रही तो इस करके जी इस घेरे में नहीं असं गवर्नमेंट को मंग करते हैं इस चीज़ की कि तुम इनू जरा कि असी जी इन्होंने 26 तरीक न पार्लीमेंट के गलबात ने 2 घंटे चली है असं उन्होंने पूरे सहमत हाँ उन्होंने इन्हों इंप्लीमेंट करके लागू कर देना चाहिए कि वो LS बंद कर रहे हैं उस जी जो कहते हैं कि तुम चाहते हैं कि LS जी ना हो सीधा ही जरा उन्होंने कामकार के आधार पर उन्होंने जरा इतने PR किया जाए तो तुम दस सकते हो कि लिखती रूप से कोई पटीशन साइन करवा रहे हो कि जस्ट मीडिया के राही सरकार के कन्न तक ये गल पहुँचती करना चाहते हो असी फिलहाल तो टाइम घट होने करके मीडिया के थ्रू ही जो गलबात सुन लैन तो चंगी गल आ नहीं तो फिर जो सानू लोड़ पई तो असं पटीशन भी ये करने की कोशिश करांगे बहुत सारे अपने पार्ली मैंबर ऑफ पार्लीमेंट अपने इतने सरी शहर तो ने जिहड़े जिन्हां की आवाज़ उत्थे तक बुलंद होंदी है तो पहला भी रणदीप सराय जी थोड़े नाल और सुख धालीवाल जी से कि तुसी उन्हां तक पहुँच की है जां कि मीडिया राही ही हाले तुसी पहली प्रेस कॉन्फ्रेंस की है अजी नहीं असी उन्हां तक जिहड़ियां पहलियां दोनों पटीशन पाईआं सी उहदे विच भी मंग की हुई है वैसे तो उन्होंने कोल पहला असं हूँ भी लैटर उन्होंने भेजे हुए हैं कि जे उन्होंने वैसे साडे नाल गल भी की आ मिस्टर रणदीप सराय साहब ने भी धालीवाल साहब ने भी गलबात हुई कहिंदे असीं कुछ ना कुछ इहदे उत्ते जरूर अमेंडमेंट करके असीं इहनूं एडजस्टमेंट करांगे तुहाडे कोल कोई रफली काउंटिंग है कि किन्ने क लोक आ जिहड़े इस कैटागरी दे विच आ जिहड़े IELTS कर ही नहीं सकदे ते जिहड़े चाहुंदे आ कि उन्हां दे लई इह रिमूव कीता जावे जे ज़्यादा देखिए तो आप तकरीबन हैगा 60% दे हिसाब नाल भी जिहड़े LS नहीं कर सकते 40% कर सकते बट वो बुकिंग नहीं हो रही उन्हां दीआं जी ਤੇ ਕੀ ਤੁਸੀਂ ਕਮਿਊਨਿਟੀ ਤੋਂ ਕੀ ਚਾਹੁੰਦੇ ਆ ਕਮਿਊਨਿਟੀ ਤੋਂ ਕੀ ਮੈਸੇਜ ਦੇਣਾ ਚਾਹੁੰਦੇ ਆ ਕਿੱਦਾਂ ਲੋਕੀ ਤੁਹਾਡੀ ਇਸ ਇਹਦੇ ਵਿੱਚ ਮਦਦ ਕਰ ਸਕਦੇ ਆ ਕੀ ਉਹਨਾਂ ਦੀ ਤੁਹਾਡੀਆਂ ਕੀ ਮੰਗਾਂ ਆ ਜਿਹੜੀਆਂ ਤੁਸੀਂ ਚਾਹੁੰਦੇ ਆ ਕਿ ਰਲ ਕੇ ਉਹ ਤੁਹਾਡਾ ਸਾਥ ਦੇਣ ਯਾ थैंक यू भैन जी पहला तो सब तो बहुत बहुत ही धन्यवाद करते हैं पहला भी बहुत व्डे पद्धर से सपोर्ट की है साड़ी खास करके मीडिया ने उस तो उपरंत साढ़े गुरद्वारा प्रबंधक कमेटियां सभा सोसायटियां जिन्हें भी वेयर हाउस उन्होंने सपोर्ट किए लैटर सपोर्ट दिए उस तो बाद मैंबर ऑफ पार्लीमेंट साड़ी बहुत वधिया गलबात सुनते हैं असं जो भी उन्होंने कोई मैसेज करते हैं तो जो साढ़े आंसर देंदे आ सो इस करके असी अगे तो भी जे असी कोई यहोजा वैसे तो असं उम्मीद करते हैं कि इस पटिशन के साडा ये उन्होंने कर देना आ जो कि असी जी 26 तरीक से इन्हों की स्पीच सुनी है वो काफ़ी जी उन्होंने वर्क परम फोल्डर के ही वधिया गलबात की है तो जे लोड़ पई तो सानू उम्मीद है तो सानू भरोसा भी है इस साढ़े इस सिटीजन के PR से वो साड़ी वड्डे पद्धर सपोर्ट करेंगे जी 90,000 इन्होंने की हुई है ना पर ये प्रॉब्लम यह आनी है क्योंकि बॉन्ड सिस्टम कर रहे हैं क्योंकि पहला होंदा सीगा जदों आपां PNP वगैरह लाने है ना आपां नूं इनविटेशन आ जानी आपां जिथे मर्जी फ्री होकर काम कर सकते हैं पर इस प्रॉब्लम ये कि असीं कितें काम नहीं कर सकते जे साडा परमिट फिनिश हो गया असीं इंपलॉय स्टेटस ते हैगे ना असीं ये बॉन्ड भर दिता होया आ ते साडा सारा कुछ कैंसल होंदा आ साडा लाइसेंस भी जांदा MSP चलो सानूं उदा ही नहीं हैगी है ना वह सारा कुछ स्टॉप होंदा आ असीं गवर्नमेंट नूं एक रिक्वेस्ट कर रहे हैं कि जे तुसीं ये 90 वाला ऑन किया होया सिस्टम है ना सो एटलीस्ट तुसीं इहनूं ओपन रखो एटलीस्ट जब स्पाउस का ओपन करो जहाँ जेड़ा फाइल आ रहा कि तुसी ओरा ही ओपन कर लो घट्टो घट जे ओपन होगा एटलीस्ट वो अपनी रेंट ते पे कर सकते बेसमेंट का राइट एक बंदे तुसी कहिंदे हो कि असी हरासमेंट नू घट करने की कोशिश कर रहे हैं ना असी LMIs वेचन नू स्टॉप कर रहे हैं दूजे बंदे तुसी सीधा अपना जो है टारगेट जा रहा है कि हाँ तुसी कैश ते काम करो जिहड़े हैगे इंपलॉयज हैगे उन्हां कोलों फिर तुसी हरासमेंट हो काम करो तुहानू पेमेंट नहीं मिलनी हैगी वह बंदा तो फिर स्टक हो गया फिर प्रॉब्लम्स तो उही रह गई फिर ख़त्म कितों हुई हैं
राइट। सो इस करके असं कह रहे कि प्लीज़ इनू ओपन कर दो, एटलीस्ट एक बंदे नू परमिशन दे दो काम करने की, ताकि वो अपना जिदा एज इट इज़ कर रहा। हूँ जरा मान लो सपोज मैं है ना, मैं वर्क नहीं कर रही बिकॉज मेरा परमिट नहीं अजे आ रहा, मेरे हसबेंड नू परमिशन आ। सो जे इनू पढ़ते हैं असं दोवें स्टक होंगे ये, एटलीस्ट एक नू परमिशन दो ताकि वो काम एज इट इज़ कर रहा है, तुहाडा टैक्स भी पे हो रहा, सारा कुछ पे हो रहा है आ, या ये चीज़ तो प्रॉब्लम आ रही है हूँ बहुत ज़्यादा। तो तुम चाहते हो जिम्मे जो लोग कर नहीं सकते आईलैट्स, उन्होंने प्रॉब्लम आ, वो इंग्लिश नहीं जानते इन्नी, लंबे समय तो टैक्स पे कर रहे हैं, तुम चाहते हो कि बिल्कुल रिमूव की जाए? जे अगर ये रिमूव नहीं करना चाहते, गवर्नमेंट कहती है ना कि असं पॉइंट्स घटाते, जब 4 बैंड करते 5 बैंड करते, ठीक है ओके आ, जिहड़े हैगे आ जिहड़े थोड़े बहुत पढ़े होणगे कर लैणगे, पर जिहड़े 45+ हो गए आ जिन्होंने लोंग हॉल ते ट्रकिंग वाले चलदे 5 दिन बाद पहलों घर आउंदे आ, जे कारपेंटर हैगे सवेर तो लैके शाम तक कम्मां ते होए, घर आना फूड प्रिपेयर करना रेडी करना, उस तो बाद जाके कोचिंग लैणगे, किहड़े टाइम उह कोचिंग ते जाणगे, किहड़े टाइम उह पढ़नगे, किहड़े टाइम एग्जाम देणगे, राइट। बहुत हार्ड आ ये चीज़ आ, तुसीं इन्हां दे कोल जिहड़े अपनी हैगी आ सर्विस कनेडा आ, राइट, इन्हां कोल सारा कुछ एक्सपीरियंस हुंदा जदों असीं सिन नंबर परमिट वाले अप्लाई करदे आ। सो ये उदों उदों देखेंगे किन्ने बंदे ने काम किया होया, किन्ना टैक्स पे किया होया, कदों ते बंदा इत्थे हैगा आ। सो एटलीस्ट तुसीं उन्हां नूं पहलां पहल दो, तुसीं पहलां कर दित्ते, जिहड़े हुण 14 दे आ के बैठे आ, 13 दे बैठे, वह तो फिर स्टक हो गए, उन्हां दा तो फिर नहीं कुछ भी होया, वह कित्थे जाणगे फिर। असीं गवर्नमेंट तक गल पहुँचाउण की कोशिश कर रहे हैं, थ्रू मीडिया भी कर रहे हैं, थ्रू यूट्यूब चैनल भी है, टिकटॉक्स भी है, ट्विटर्स भी है, असीं सारियां च अपनी जिहड़ी हैगी रिक्वेस्ट हैगी वो सारे गवर्नमेंट्स को अपील कर रहे हैं कि प्लीज़ साडी हैल्प करो सारियां दी। असीं कम्यूनिटी यही हैल्प करना सॉरी मंगते हैं कि जिन्ना क जिदा उन्होंने अगे साड़ी सपोर्ट की है ना, पटीशन साइन किए, असं बहुत लोगों ने साड़ी हैल्प की, ईवन गुरुद्वारे के प्रबंधक जो हैगे हैड उन्होंने भी हैल्प की, हूँ भी उही कह रहे हैं कि तुम आते खोलता तुम 17 तो चक ले, जे पिछे रह गए वह तो फिर बेचारे फसे रह गए। सो वह भी यही चीज़ डिमांड कर रहे कि जेडे पहला लोग आए हुए है, एटलीस्ट तुम उन्होंने पहल दो, उन्होंने पक्के करो, राइट। जे उन्होंने पक्के करते हैं डेफिनेटली तुहाडी इकोनमी अप ही जाऊगी, लो नहीं होगी, राइट। सो यही साड़ी रिक्वेस्ट है गवर्नमेंट तो, थैंक यू जी। सो तुसी देखिया कि बहुत सारे वॉलंटियर्स होप वेलफेयर सोसाइटी दे नाल काम करते हैं, उन्होंने अपनी मुश्किलात दसियां कि वह की चाहते हैं, लोग बड़े लंबे समय तो इन्होंने मुल्कों के रह रहे हैं पर हाले PR नहीं गए, टैक्स भी दे रहे हैं, काम भी कर रहे हैं, पर उन्होंने प्रॉब्लम कितने जाके आँदी है, भाषा से जाके, क्योंकि हुण उन्हां दी उम्र भी 45 तो उपर हो चुकी है, तो वह हुण दोबारा स्कूल जाके IELTS नहीं कर सकते। बहुत सारिया मुश्किलात आ, पर सरकार ये काम कर भी रही है, पर फिर भी वह चाहते हैं कि उन्होंने थोड़िया जी होर जड़िया थोड़ी जी इन प्रोग्रामा दे विच ढिल होनी चाहिए आ, ता कि वह अपने कामकारां दे नाल नाल वो टैक्स भी भरते हैं, तो वह किसी न किसी तरह जिहड़ियां रिक्वायरमेंट आ उन्हों पूरियां कर सकन। सो सरकार ने अपना पूरा वाह लाया कि जेडे लोग इत्थे रहिंदे ने उन्होंने इत्थे दे PR दिते जाणगे, उन्होंने इत्थे पक्कियां कीता जाऊगा। सो पहला भी 27,000 का किया, हुण 90,000 का, आने वाले समय भी कोई जरूर गुड न्यूज़ आऊगी। सो बीइंग इन मीडिया साडा फर्ज बनता कि जे कम्यूनिटी दे विच कुछ भी हो रहा, कोई डिमांड आ, कोई भाईचारा अपनी गल पहुँचाउणी चाहुंदा आ, तो असीं उत्थे जरूर पहुँचदे हाँ। मैं बलजिंदर कौर कैमरामैन अंकित दे नाल, अगली बारी फिर मिलते हैं, सत श्री अकाल जी। Please subscribe our channel and press the bell icon ताकि कोई भी नवी अपडेट तुसे बिल्कुल भी मिस ना करूं।